ਸਤਿ ਸ਼੍ਰੀ ਅਕਾਲ ਜੀ। ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਕੌਰ ਗਿੱਲ। ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਮੁੱਖ ਸੁਰਖੀਆਂ ਤੇ। ਸਿੱਟ ਦੇ ਅੱਗੇ ਪੇਸ਼ ਨਹੀਂ ਹੋਏ ਬਿਕਰਮਜੀਤ ਮਜੀਠੀਆ, ਅੰਮ੍ਰਿਤਸਰ ਅਦਾਲਤ 'ਚ ਪੁਖਤੀ ਪੇਸ਼ੀ। ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਗਰਮ, ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸੀ ਰਣਨੀਤੀ। ਪੰਜਾਬ ਬੀਜੇਪੀ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਸਾਦੇ ਨਿਸ਼ਾਨੇ, ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਕੀਤੀ ਆਲੋਚਨਾ। ਬਾਗੀ ਧੜੇ ਤੇ ਵਰੇ ਬਿਕਰਮਜੀਤ ਮਜੀਠੀਆ, ਕਿਹਾ ਸੁਖਬੀਰ ਤੇ ਇਲਜ਼ਾਮ ਲਗਾਉਣ ਵਾਲੇ ਖੁਦ ਵੀ ਮਾਨ ਰਹੇ ਸਨ ਵਜ਼ਾਰਤ। ਹੁਣ ਖਬਰਾਂ ਵਿਸਥਾਰ ਦੇ ਨਾਲ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਮਜੀਠੀਆ ਅੱਜ ਸਿੱਟ ਦੇ ਅੱਗੇ ਪੇਸ਼ ਨਹੀਂ ਹੋਏ, ਬਲਕਿ ਉਹ ਅੰਮ੍ਰਿਤਸਰ ਅਦਾਲਤ ਗਏ ਜਿੱਥੇ ਉਹਨਾਂ ਨੇ ਮਾਨਹਾਨੀ ਦੇ ਕੇਸ ਦੇ ਵਿੱਚ ਆਪਣੀ ਪੇਸ਼ੀ ਭੁਗਤੀ ਹੈ। ਇਸ ਮੌਕੇ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਤੇ ਕਿਹਾ ਕਿ ਜਾਣ ਬੁੱਝ ਕੇ ਸਿੱਟ ਨੇ ਇਹੀ ਤਰੀਕ ਦਿੱਤੀ ਜਿਸ ਦਿਨ ਉਹਨਾਂ ਨੇ ਅੰਮ੍ਰਿਤਸਰ ਅਦਾਲਤ ਦੇ ਵਿੱਚ ਪੇਸ਼ ਹੋਣਾ ਸੀ। ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਆਪ ਆਗੂਆਂ ਖਿਲਾਫ਼ ਦਾਇਰ ਮਾਨਹਾਨੀ ਕੇਸ 'ਚ ਅੱਜ ਅਦਾਲਤ 'ਚ ਪੇਸ਼ ਹੋਏ, ਪਰ ਇਸ ਦੌਰਾਨ ਰਾਜ ਸਭਾ ਮੈਂਬਰ ਸੰਜੇ ਸਿੰਘ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਹੁਣ ਮਾਮਲੇ ਦੀ ਅਗਲੀ ਤਰੀਕ 17 ਅਗਸਤ ਦੀ ਰੱਖੀ ਗਈ ਹੈ। ਅੱਜ ਬਿਕਰਮ ਮਜੀਠੀਆ ਨੂੰ ਸਿੱਟ ਨੇ ਵੀ ਸੰਮਨ ਭੇਜ ਕੇ ਪਟਿਆਲਾ ਬੁਲਾਇਆ ਸੀ, ਪਰ ਬਿਕਰਮ ਮਜੀਠੀਆ ਸਿੱਟ ਦੇ ਅੱਗੇ ਪੇਸ਼ ਨਹੀਂ ਹੋਏ ਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀ ਕਿਹਾ, ਆਓ ਸੁਣਦੇ ਹਾਂ। ਸੰਮਨ ਭੇਜਣ ਦੀ ਸ਼ਰਾਰਤ ਵੇਖੋ ਕੀ ਕੀਤੀ ਕਿ ਸੰਮਨ ਦੀ ਤਰੀਕ 18 ਜੁਲਾਈ ਪਾਤੀ, ਜਦਕਿ 6 ਜੁਲਾਈ ਨੂੰ ਅਰਵਿੰਦ ਆਪਣਾ ਸੰਜੇ ਸਿੰਘ ਆਏ ਸਨ ਕੋਰਟ 'ਚ, ਔਰ ਸਭ ਨੂੰ ਪਤਾ। ਇਹ ਤਾਂ ਮੇਰੀ ਜਿਹੜੀ ਸਰਕਾਰ ਹੈ ਫੋਨ ਟੈਪਿੰਗ ਵੀ ਕਰਦੀ ਹੈ, ਮੇਰੀ ਨਜ਼ਰ ਵੀ ਰੱਖਦੀ ਹੈ ਮੈਂ ਕਿੱਥੇ ਜਾ ਰਿਹਾ ਕਿੱਥੇ ਨਹੀਂ ਜਾ ਰਿਹਾ, ਘਰ 'ਚ ਕੌਣ ਮੈਨੂੰ ਮਿਲਣ ਆ ਰਿਹਾ ਨਹੀਂ ਮਿਲਣ ਆ ਰਿਹਾ ਉਹਦੀ ਖਬਰ ਵੀ ਰੱਖਦੀ ਹੈ। ਅਤੇ ਭਾਈ ਤੁਹਾਨੂੰ ਖਬਰ ਨਹੀਂ ਸੀ ਕਿ 6-7 ਨੂੰ ਜਦੋਂ ਸੰਜੇ ਸਿੰਘ ਆਇਆ ਸੀ, ਕਿਉਂਕਿ ਸੰਜੇ ਸਿੰਘ ਵੀ ਰੂਲਿੰਗ ਪਾਰਟੀ ਦਾ ਭਗਵੰਤ ਮਾਨ ਦਾ ਮਿੱਤਰ ਪਿਆਰਾ, ਅਤੇ ਜਦ ਤੇਰੇ ਮਿੱਤਰ ਪਿਆਰੇ ਨੂੰ ਮੈਂ ਭਾਜਣਾ ਪਾਈਆਂ ਅਤੇ ਭਗਵੰਤ ਮਾਨ ਨੇ ਤਾਂ ਉਹਦੀ ਮਦਦ ਕਰਨੀ ਸੀ। 18-7 ਜਦੋਂ ਮੈਨੂੰ ਲਾਸਟ ਓਪਰਚੁਨਿਟੀ ਇੱਥੇ ਦਿੱਤੀ ਆ, ਉਸ ਦਿਨ ਹੀ ਉੱਥੇ ਸੱਦ ਲਿਆ ਕਿ ਇੱਥੇ ਆਵੇ ਨਾ ਅਤੇ ਸੰਜੇ ਸਿੰਘ ਦੀ ਮਦਦ ਹੋ ਜੇ। ਮਗਰ ਮੇਰੇ ਕੋਲ ਵੀ ਕੁਛ ਮਾਹਿਰ ਵਕੀਲ ਨੇ, ਉਹ ਰੱਬ ਨੇ ਸਾਨੂੰ ਵੀ ਅਕਲ ਦਾ ਖਾਨਾ ਦਿੱਤਾ, ਅਤੇ ਜਦ ਮੈਂ ਆਪਦੇ ਵਕੀਲਾਂ ਨੂੰ ਕੰਸਲਟ ਕੀਤਾ, ਉਹਨਾਂ ਨੇ ਮੈਨੂੰ ਸਪਸ਼ਟ ਇਹ ਗੱਲ ਕਹੀ ਕਿ ਜੇ ਤੂੰ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਪੇਸ਼ ਨਹੀਂ ਹੋਏਗਾ ਤਾਂ ਇਹ ਕੇਸ ਦਾ ਫਿਰ ਸੰਜੇ ਸਿੰਘ ਨੂੰ ਫਾਇਦਾ ਮਿਲੂਗਾ, ਇਸ ਲਈ ਤੁਹਾਨੂੰ ਪੇਸ਼ ਹੋਣਾ ਪੈਣਾ ਜੱਜ ਸਾਹਿਬ ਦੇ ਆਰਡਰ ਨੇ। ਮਗਰ ਮੈਂ ਪੁੱਛਣਾ ਚਾਹੁੰਦਾ ਹੱਥ ਟੋਕਾ SIT ਨੂੰ ਕਿ ਭਾਈ ਅਖਬਾਰਾਂ ਤਾਂ ਪੜ੍ਹਦੇ ਹੀ ਹੋ, ਉਹ ਅਖਬਾਰਾਂ 'ਚ ਵੀ ਖਬਰ ਲੱਗੀ, ਮੈਂ ਕਟਿੰਗ ਵੀ ਭੇਜੀ ਆ, ਪ੍ਰਿੰਟ ਇਲੈਕਟ੍ਰੋਨਿਕ ਮੀਡੀਆ 'ਚ ਵੀ ਲੱਗਿਆ, ਜਿੰਨੇ ਛੋਟੇ ਮੋਟੇ ਚੈਨਲ ਹੈ ਸਭ ਨੇ ਚਲਾਇਆ ਕਿ 18-7 ਅਗਲੀ ਤਰੀਕ ਹੈ, ਅਤੇ ਸਾਡੇ SIT ਵਾਲੇ ਕਿੱਥੇ ਸੁੱਤੇ ਸੀ ਕਿ ਭਗਵੰਤ ਮਾਨ ਨੇ ਰਾਤ ਨੂੰ ਪੈਗ ਲਾ ਕੇ ਫੋਨ ਕਰਤਾ ਕਿ ਸੱਦ ਲਓ, ਅਤੇ ਇਹਨਾਂ ਨੇ ਵਿਚਾਰਿਆਂ ਨੇ ਅਕਲ ਦਾ ਇਸਤੇਮਾਲ ਤਾਂ ਕਰਦੇ ਨਹੀਂ, ਸੱਦ ਲਿਆ। ਔਰ ਮੈਂ ਅਗਲੀ ਗੱਲ ਲਿਖਤੀ, ਮੈਂ ਕਿਹਾ ਨਵੀਂ ਸ਼ਰਾਰਤ ਨਾ ਕਰਿਓ, ਜਿਵੇਂ ਪਹਿਲਾਂ ਸ਼ਰਾਰਤਾਂ ਹੋਈਆਂ ਨੇ ਨਾ ਜੀ। ਇੱਕ ਦਿਨ ਮੈਨੂੰ ਸ਼ਹੀਦੀ ਦਿਹਾੜੇ ਸੱਦ ਲਿਆ, ਜਦੋਂ ਛੋਟੇ ਸਾਹਿਬਜ਼ਾਦਿਆਂ ਸ਼ਹੀਦੀ ਦਿਹਾੜਾ ਸੀ, ਮੈਂ ਕਿਹਾ ਸੀ 26 ਦਸੰਬਰ ਨੂੰ ਮੈਂ ਨਹੀਂ ਆ ਸਕੂੰਗਾ, ਫਿਰ ਮੈਨੂੰ ਸੱਦ ਲਿਆ। ਫਿਰ ਉਹ ਜਿਹੜੇ ਪਿਛਲੇ DGP ਸਾਹਿਬ ਸੀ, ਉਹ ਤੋਂ ਵੀ ਲੈਵਲ ਥੱਲੇ ਚਲੇ ਗਿਆ। 23 ਜੁਲਾਈ ਨੂੰ ਇਸ SIT ਨੇ ਜਾ ਕੇ ਸੁਪਰੀਮ ਕੋਰਟ 'ਚ ਅਰਜੀ ਪਾਈ ਆ ਕਿ ਸਾਡੀ ਸੁਣਵਾਈ ਹੋਵੇ। ਹੁਣ ਤੁਸੀਂ ਇਹ ਗੱਲ ਦੱਸ ਦਿਓ ਕਿ ਮੈਂ ਆਪਦੇ ਕੇਸ ਦੀ ਸੁਪਰੀਮ ਕੋਰਟ ਤਿਆਰੀ ਕਰਾਊਂਗਾ
ਕਿ ਇਹਨਾਂ ਅੱਗੇ ਪੇਸ਼ ਹੋਊਗਾ ਜਿਨ੍ਹਾਂ ਤੋਂ 2.5 ਸਾਲਾਂ 'ਚ ਇੱਕ ਚਲਾਨ ਨਹੀਂ ਪੇਸ਼ ਹੋਤਾ ਹੋ ਕੀਤਾ ਗਿਆ, ਜਿਨ੍ਹਾਂ 'ਚ 2.5 ਸਾਲਾਂ 'ਚ 6 SIT ਬਦਲ ਗਈਆਂ ਨੇ। 2.5 ਸਾਲਾਂ 'ਚ ਮੈਨੂੰ ਲੱਗਦਾ ਮੇਰਾ ਤਾਂ ਗਿਨੀਜ਼ ਵਰਲਡ ਬੁੱਕ ਆਫ ਵਰਲਡ ਰਿਕਾਰਡ 'ਚ ਮੇਰਾ ਲਿਆਉਣਾ ਕਿ ਕਿੰਨੀ ਵਾਰੀ ਇਹਨੂੰ ਪੇਸ਼ ਕਰਾਉਣਾ। ਜ਼ਿਕਰਯੋਗ ਹੈ ਕਿ ਹੁਣ ਬਿਕਰਮ ਮਜੀਠੀਆ ਨੂੰ 20 ਤਰੀਕ ਨੂੰ ਮੁੜ ਤੋਂ ਬੁਲਾਇਆ ਗਿਆ ਹੈ। ਵੇਖਣਾ ਹੋਵੇਗਾ ਕਿ ਮਜੀਠੀਆ ਮੁੜ ਸਿੱਟ ਅੱਗੇ ਪੇਸ਼ ਹੁੰਦੇ ਨੇ ਜਾਂ ਨਹੀਂ। ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਕੁਝ ਹੀ ਮਹੀਨਿਆਂ ਨੂੰ ਆਉਣ ਵਾਲੀਆਂ ਨੇ, ਜਿਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਸ਼ੇਸ਼ ਜਾਣਕਾਰੀ ਵੀ ਸਾਂਝੀ ਕੀਤੀ। ਕੇਜਰੀਵਾਲ ਦੀ ਸਰਪ੍ਰਸਤੀ ਦੇ ਅਧੀਨ ਆਮ ਆਦਮੀ ਪਾਰਟੀ ਹਰਿਆਣਾ ਦੇ ਵਿੱਚ ਜ਼ੋਰਾਂ ਸ਼ੋਰਾਂ ਦੇ ਨਾਲ ਚੋਣਾਂ ਲੜਨ ਦਾ ਐਲਾਨ ਕਰ ਚੁੱਕੀ ਹੈ। ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਸੰਦੀਪ ਪਾਠਕ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ ਪੂਰੀ ਮਜ਼ਬੂਤੀ ਨਾਲ ਹਰਿਆਣਾ ਦੇ ਵਿੱਚ ਚੋਣਾਂ ਲੜੀਆਂ ਜਾਣਗੀਆਂ, ਜਿਸ ਦਾ ਨਾਅਰਾ ਹੈ ਬਦਲੇਂਗੇ ਹਰਿਆਣਾ ਕਾ ਹਾਲ ਅਬ ਲਾਏਂਗੇ ਕੇਜਰੀਵਾਲ। ਇਸ ਮੌਕੇ ਉਹਨਾਂ ਨੇ ਜਲੰਧਰ ਜ਼ਿਮਨੀ ਚੋਣਾਂ ਦੇ ਨਤੀਜਿਆਂ ਦਾ ਵੀ ਜ਼ਿਕਰ ਕੀਤਾ। ਆਉਣ ਵਾਲੇ ਦਿਨੋਂ ਮੇ ਹਰਿਆਣਾ ਮੇ ਇਲੈਕਸ਼ਨ ਆ ਰਹੀ ਹੈ, ਤੋ ਆਮ ਆਦਮੀ ਪਾਰਟੀ ਪੂਰੀ ਤਾਕਤ ਸੇ ਹਰਿਆਣਾ ਕੀ ਇਲੈਕਸ਼ਨ ਲੜੇਗੀ, ਵਿਧਾਨ ਸਭਾ ਕੀ, ਕਿਉਂਕਿ ਦਿੱਲੀ ਮੇ ਹਮਾਰੀ ਸਰਕਾਰ ਹੈ, ਪੰਜਾਬ ਮੇ ਹਮਾਰੀ ਸਰਕਾਰ ਹੈ, ਆਧਾ ਹਰਿਆਣਾ ਪੰਜਾਬ ਸੇ ਟੱਚ ਕਰਤਾ ਹੈ, ਆਧਾ ਹਰਿਆਣਾ ਦਿੱਲੀ ਸੇ ਟੱਚ ਕਰਤਾ ਹੈ। तो हरियाणा के लोग जब भी हम इससे पहले भी रोहतक गए, टोहाना गए, जींद गए, सोनीपत गए, तो लोगों ने हमसे ये आग्रह किया कि आप हरियाणा में क्यों नहीं आते, हम हरियाणा में भी बदलाव चाहते हैं, क्योंकि हरियाणा ने हर एक पार्टी को टाइम दे दिया, हर एक पार्टी को, नॉट ओनली बीजेपी एंड कांग्रेस, लोकल पार्टी, क्षेत्रीय पार्टियों को भी टाइम दिया, लेकिन किसी ने भी हरियाणा के लोगों के साथ वफा नहीं की। जो भी आया उसने लूटा। तो हरियाणा के लोग जो हैं वो बदलाव चाहते हैं, और सबसे बड़ी बात यह है कि केजरीवाल साहब हरियाणा से बिलोंग करते हैं, तो उनको ये भी अपने आप में मान महसूस होता है कि हमारा बंदा दिल्ली जाके और पूरे देश की राजनीति को बदल दिया। तो इस हरियाणा के इस लॉन्चिंग का आज पहला दिन है, आपके पीछे भी लिखा हुआ है, बदलेंगे हरियाणा का हाल अब लाएंगे केजरीवाल। तो पूरी ताकत से हमने चुनाव लड़ना है। हम लोग बड़े खुश हैं इस बात से कि हमारी पार्टी जो है वो डे बाय डे कहीं ना कहीं कोई ना कोई चुनाव होता है, तो आम आदमी पार्टी जो है लड़ेगी। अभी जलंधर बड़े मार्जिन से जीते, 60% के लगभग 60% वोट पड़े, जो आमतौर पर बाई इलेक्शन में होता नहीं है ऐसा। ਜ਼ਿਕਰਯੋਗ ਹੈ ਕਿ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦਾ ਹਜੇ ਐਲਾਨ ਹੋਣਾ ਹੈ, ਪਰ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਤਿਆਰੀ ਕਸਨੀ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੀ ਭਾਰਤੀ ਜਨਤਾ ਪਾਰਟੀ ਨੇ ਅੱਜ ਨਸ਼ਿਆਂ ਦੇ ਮੁੱਦੇ ਉੱਤੇ ਪੰਜਾਬ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਧੇ ਨੇ। ਭਾਰਤੀ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਹੁਣ ਤੱਕ 28 ਮਹੀਨਿਆਂ ਦੇ ਵਿੱਚ 587 ਮੌਤਾਂ ਨਸ਼ਿਆਂ ਦੇ ਓਵਰਡੋਜ਼ ਦੇ ਕਾਰਨ ਹੋ ਚੁੱਕੀਆਂ ਨੇ ਤੇ ਜਦੋਂ ਪੰਜਾਬ ਸਰਕਾਰ ਦੇ 2.5 ਸਾਲ ਪੂਰੇ ਹੋਣਗੇ ਤੇ 2.5 ਸਾਲ ਰਹਿ ਜਾਣਗੇ ਤਾਂ ਪੁੱਠੀ ਗਿਣਤੀ ਸ਼ੁਰੂ ਹੋ ਜਾਵੇਗੀ। ਪੰਜਾਬ ਬੀਜੇਪੀ ਨੇ ਅੱਜ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਾ ਪਾਇਆ। ਬੀਜੇਪੀ ਦੇ ਬੁਲਾਰੇ ਵਿਨੀਤ ਜੋਸ਼ੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨੇ ਆਪਣੀਆਂ ਚੋਣਾਂ ਦੌਰਾਨ ਮੁੱਖ ਮੁੱਦਾ ਨਸ਼ਿਆਂ ਦਾ ਦੱਸਿਆ ਸੀ, ਪਰ 28 ਮਹੀਨਿਆਂ ਦੇ ਕਾਰਜਕਾਲ ਦੌਰਾਨ ਆਪਣੇ ਵਾਅਦੇ ਤੋਂ ਸਰਕਾਰ ਮੁੱਕਰ ਚੁੱਕੀ ਹੈ। ਉਹਨਾਂ ਦੱਸਿਆ ਹੈ ਕਿ ਅੱਜ ਹਾਲਾਤ ਇਹ ਹੋ ਚੁੱਕੇ ਨੇ ਕਿ ਬੱਚਾ ਬੱਚਾ ਵੀ ਨਸ਼ਾ ਕਰਨ ਵਾਸਤੇ ਮਜਬੂਰ ਵਿਖਾਈ ਦੇ ਰਿਹਾ ਹੈ। ਦੋਸਤੋ, ਬੜੇ ਦੁੱਖ ਦੀ ਗੱਲ ਹੈ ਕਿ ਇਸ ਸਰਕਾਰ ਦੇ 28 ਮਹੀਨੇ ਪੂਰੇ ਹੋ ਗਏ ਨੇ, ਪਰ 28 ਮਹੀਨੇ ਦੇ ਅੰਦਰ ਸਭ ਤੋਂ ਇੰਪੋਰਟੈਂਟ ਚੋਣ ਵਾਅਦਾ ਜਿਹਦੇ ਨਾਲ ਪੂਰੇ ਪੰਜਾਬ ਨੂੰ ਸਰਕਾਰ ਹੈ, ਜਿਹਦੇ ਨਾਲ ਪੂਰੀ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਹੈ, ਉਹ ਵਾਅਦਾ ਜਿਹੜਾ 2017 'ਚ ਗਜਬਜ ਕੇ ਕੀਤਾ, 2022 'ਚ ਕੀਤਾ, ਮੇਰਾ ਭਾਵ ਹੈ ਨਸ਼ੇ ਦਾ, ਨਸ਼ੇ ਦੇ ਵਾਅਦੇ ਨੂੰ, ਨਸ਼ੇ ਨੂੰ ਖਤਮ ਕਰਨ ਦੇ ਵਾਅਦੇ ਨਾਲ ਸੱਤਾ 'ਚ ਆਈ ਆਮ ਆਦਮੀ ਪਾਰਟੀ 28 ਮਹੀਨਿਆਂ ਬਾਅਦ ਵੀ ਹੁਣ ਤੱਕ ਪੰਜਾਬ 'ਚ ਨਸ਼ਾ ਖਤਮ ਨਹੀਂ ਕਰ ਪਾਈ। 2 ਮਹੀਨੇ ਰਹਿ ਗਏ ਨੇ, 2.5 ਸਾਲ ਪੂਰਾ ਹੋ ਜਾਏਗਾ, ਉਲਟੀ ਗਿਣਤੀ ਇਹਨਾਂ ਦੀ ਸ਼ੁਰੂ ਹੋ ਜਾਏਗੀ। ਸਾਡੀ ਸਟੱਡੀ ਇਹ ਕਹਿੰਦੀ ਹੈ ਕਿ ਪੰਜਾਬ ਦੇ ਅੰਦਰ ਲਗਭਗ 28 ਮਹੀਨੇ ਅੰਦਰ 587 ਯੁਵਾਵਾਂ ਦੀ ਨਸ਼ੇ ਦੇ ਓਵਰਡੋਜ਼ ਨਾਲ ਡੈਥ ਹੋਈ ਹੈ। ਇਹ ਸੰਖਿਆ ਵੈਸੇ 2025 ਦੇ ਵਿੱਚ ਜਾਂਦੀ ਹੈ। 2025 ਦੇ ਵਿੱਚ ਕਿਉਂ ਜਾਂਦੀ ਹੈ? ਕਿਉਂਕਿ ਤੁਸੀਂ ਦੇਖਿਆ ਹੋਣਾ ਅਕਸਰ ਤੁਹਾਡੇ ਪਿੰਡਾਂ 'ਚ, ਸਭ ਪੇਂਡੂ ਇਲਾਕਿਆਂ ਦੇ ਰਹਿਣ ਵਾਲੇ ਸਾਥੀ ਮਿੱਤਰ ਹੋ, ਨਸ਼ੇ ਦੀ ਓਵਰਡੋਜ਼ ਨਾਲ ਜਾਂ ਪਰਿਵਾਰ 'ਚ ਕੋਈ ਡੈਥ ਹੁੰਦੀ ਹੈ, ਮਾਂ ਪਿਓ ਨੂੰ ਲੋਕਣ ਦੀ ਛੁਪਾਉਣ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਵੀ ਇਹ ਬਲ ਬਾਹਰ ਨਾ ਜਾਵੇ, ਸਮਾਜ ਦੇ ਅੰਦਰ ਸ਼ਰਮ ਨਾਲ ਸਿਰ ਝੁਕ ਜਾਏਗਾ। ਇਸ ਕਾਰਨ ਨੰਬਰ ਘੱਟ ਰਿਪੋਰਟ ਹੁੰਦਾ ਹੈ। ਸਾਡਾ ਰਫ ਅੰਦਾਜ਼ਾ ਹੈਗਾ ਕਿ 2000 ਦੇ ਅੰਦਰ ਵੀ 2500 ਦੇ ਵਿੱਚ ਜਿਹੜੀ ਹੈ ਪੰਜਾਬ ਦੇ ਅੰਦਰ 28 ਮਹੀਨਿਆਂ ਦੇ ਅੰਦਰ ਡਰੱਗ ਓਵਰਡੋਸ ਨਾਲ ਡੈਥ ਹੋਈ ਹੈ। ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਦੌਰਾਨ ਖਟਕਰ ਕਲਾਂ, ਭਗਤ ਸਿੰਘ ਸ਼ਹੀਦਿਆਂ ਦੇ, ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਮੈਮੋਰੀਅਲ ਹੈ, ਭਗਤ ਸਿੰਘ ਦਾ ਮੈਮੋਰੀਅਲ ਹੈ, ਉੱਥੋਂ ਸਹੁੰ ਚੱਕ ਕੇ ਸਰਕਾਰ ਬਣਾਉਣ ਵਾਲੇ ਮਾਨ ਸਾਹਿਬ ਨੇ 20-25 ਦੇ ਰਿਕਾਰਡ ਤੋੜਦੇ ਹਨ। ਜਿੰਨਾ ਨਸ਼ਾ ਪਿਛਲੇ 20-25 'ਚ ਪੰਜਾਬ 'ਚ ਨਾ ਹੋਇਆ, ਉਹਨਾਂ ਦੇ 2.5 ਦੇ ਅੰਦਰ ਹੋ ਗਿਆ। ਨਸ਼ੇ ਦੇ ਖਿਲਾਫ਼ ਆਮ ਆਦਮੀ ਪਾਰਟੀ ਸਰਕਾਰ ਬਿਲਕੁਲ ਗੰਭੀਰ ਨਹੀਂ ਹੈ, ਬਿਲਕੁਲ ਵੀ ਸੰਜੀਦਾ ਨਹੀਂ ਹੈ, ਔਰ ਉਹਦਾ ਸਭ ਤੋਂ ਵੱਡਾ ਕਾਰਨ ਤੁਹਾਨੂੰ ਦੱਸਦਾ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 26 ਜੂਨ ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਹੁੰਦਾ ਹੈ। 26 ਜੂਨ ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਹੁੰਦਾ ਹੈ। ਮਾਨ ਸਾਹਿਬ ਦੀ ਸਰਕਾਰ ਨੇ 26 ਜੂਨ 2022, 2023, 2024 ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ 'ਤੇ ਇੱਕ ਪ੍ਰੋਗਰਾਮ ਨਹੀਂ ਕੀਤਾ। ਵੇਖਣਾ ਹੋਵੇਗਾ ਕਿ ਇਸ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ। ਬਾਗੀ ਧੜੇ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾ ਕੇ ਮਾਫ਼ੀ ਮੰਗੀ ਗਈ ਅਤੇ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਨੇ ਤਲਬ ਕਰ ਲਿਆ ਹੈ ਅਤੇ ਇਸ ਉੱਤੇ ਬਿਕਰਮ ਮਜੀਠੀਆ ਦਾ ਅੱਜ ਪ੍ਰਤੀਕਰਮ ਸਾਹਮਣੇ ਆਇਆ ਹੈ। ਟਿੱਪਣੀ ਕਰਦਿਆਂ ਬਿਕਰਮ ਮਜੀਠੀਆ ਨੇ ਬਾਗੀ ਧੜੇ ਨੂੰ ਵੀ ਆੜੇ ਹੱਥੀਂ ਲਿਆ ਅਤੇ ਕਿਹਾ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਤਾਂ ਬਾਗੀ ਧੜਾ ਵੀ ਵਿੱਚੇ ਸੀ, ਵਜ਼ਾਰਤ ਮਾਨ ਰਿਹਾ ਸੀ।
ਬੀਤੇ ਕੁਝ ਦਿਨ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰਾਂ ਨੇ ਇੱਕ ਅਹਿਮ ਬੈਠਕ ਕੀਤੀ ਸੀ ਅਤੇ ਬਾਗੀ ਧੜੇ ਦੇ ਮਾਫ਼ੀਨਾਮੇ ਦੇ ਉੱਤੇ ਵਿਚਾਰ ਚਰਚਾ ਕਰਦਿਆਂ ਹੋਇਆਂ ਸੁਖਬੀਰ ਬਾਦਲ ਦੇ ਖਿਲਾਫ਼ ਲੱਗੇ ਦੋਸ਼ਾਂ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਦੇ ਜਥੇਦਾਰਾਂ ਨੇ ਸੁਖਬੀਰ ਬਾਦਲ ਨੂੰ ਤਲਬ ਕੀਤਾ ਸੀ ਅਤੇ 15 ਦਿਨਾਂ ਦੇ ਵਿੱਚ ਵਿੱਚ ਜਵਾਬ ਦੇਣ ਲਈ ਕਿਹਾ। ਸੁਖਬੀਰ ਬਾਦਲ ਨੇ ਬੀਤੇ ਦਿਨ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਜ਼ਰੂਰ ਹੋਣਗੇ। ਇਸ ਉੱਤੇ ਵੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਬਿਆਨ ਦਿੱਤਾ ਹੈ। ਬਿਕਰਮ ਮਜੀਠੀਆ ਨੇ ਟਿੱਪਣੀ ਕਰਦਿਆਂ ਹੋਇਆਂ ਵੱਖਰੇ ਧੜੇ ਨੂੰ ਵੀ ਦੋ ਟੁੱਕ ਸੁਣਾ ਦਿੱਤੀ ਹੈ ਅਤੇ ਕਿਹਾ ਹੈ ਕਿ ਦੋਸ਼ ਲਗਾਉਣ ਵਾਲੇ ਇਹ ਯਾਦ ਰੱਖਣ ਕਿ ਜਿਸ ਵੇਲੇ ਇਹ ਸਾਰਾ ਕੁਝ ਹੋ ਰਿਹਾ ਸੀ ਉਹ ਵੀ ਵਜ਼ਾਰਤਾਂ ਦਾ ਸੁੱਖ ਮੰਨ ਰਹੇ ਸਨ। ਨਹੀਂ, ਇਸ ਤਰ੍ਹਾਂ ਮੇਰਾ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਅਸੀਂ ਸਾਰੇ ਸਮਰਪਿਤ ਹਾਂ ਔਰ ਇੱਕ ਨਿਮਾਣੇ ਸਿੱਖ ਵਜੋਂ ਹਰੇਕ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਜਾ ਕੇ ਗੁਰੂ ਦੇ ਚਰਨਾਂ 'ਚ ਢਹਿ ਢੇਰੀ ਹੋ ਜਾਣਾ ਚਾਹੀਦਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਬਖਸ਼ਣਹਾਰ ਹਾਂ, ਅਸੀਂ ਭੁੱਲਣਹਾਰ ਜੀਵ ਹਾਂ, ਮਗਰ ਮੈਂ ਵਿਰੋਧੀਆਂ ਨੂੰ ਇੱਕ ਸਲਾਹ ਜ਼ਰੂਰ ਦਊਂਗਾ ਕਿ ਭਾਈ ਤੁਸੀਂ ਤਾਂ ਆਪ ਨਾਲ ਹੀ ਵਿੱਚ ਹੀ ਰਹੇ ਹੋ, ਤੁਸੀਂ ਤਾਂ ਹੁਣ ਅੱਡ ਹੋਏ ਹੋ, ਇਸ ਲਈ ਕਿਰਪਾ ਕਰਕੇ ਤੁਸੀਂ ਵੀ ਵਿੱਚ ਹੀ ਆ ਜਾਓ ਕਿਉਂਕਿ ਵਜ਼ਾਰਤਾਂ ਤੁਸੀਂ ਵੀ ਹੰਡਾਈਆਂ। ਔਰ ਜਿਹੜੇ ਇਹ ਸਲਾਹ ਦੇ ਰਹੇ ਅੱਜ ਕਿ ਵੇਖਿਓ ਜੀ ਫੈਸਲਾ ਇਸ ਤਰ੍ਹਾਂ ਨਹੀਂ ਉਸ ਤਰ੍ਹਾਂ, ਮੈਂ ਸੁਣਿਆ ਸੀ ਇਹਨਾਂ ਦੇ ਇੱਕ ਦੋ ਦਾ, ਉਹ ਕਿੰਨਾ ਕੁ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਵਿਸ਼ਵਾਸ ਰੱਖਦੇ ਇਹਨਾਂ ਗੱਲਾਂ ਤੋਂ ਹੀ ਜਾਇਜ਼ ਹੋ ਸਮਸਟ ਸਮਝ ਆ ਰਹੀ ਹੈ। ਬਿਕਰਮ ਮਜੀਠੀਆ ਨੇ ਬਾਗੀ ਧੜੇ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਖਬੀਰ ਬਾਦਲ ਦੇ ਨਾਲ ਜਾਣ ਵਾਸਤੇ ਕਿਹਾ। ਇਸ ਉੱਤੇ ਬਾਗੀ ਧੜੇ ਦੇ ਵੱਲੋਂ ਕੀ ਪ੍ਰਤੀਕਰਮ ਦਿੱਤਾ ਜਾਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਰਤ ਗੱਠਜੋੜ ਟੁੱਟਦਾ ਹੋਇਆ ਵਿਖਾਈ ਦੇ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਹਰਿਆਣਾ ਦੀਆਂ 90 ਦੀਆਂ 90 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਇਕੱਲੀ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਡਟ ਕੇ ਚੋਣਾਂ ਲੜੇਗੀ। ਇਸ ਦੀ ਜਾਣਕਾਰੀ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਖੁਦ ਦਿੱਤੀ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਦੱਸਿਆ ਕਿ ਇਸ ਵਾਰ ਹਰਿਆਣਾ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਸੂਬੇ ਦੀਆਂ ਸਾਰੀਆਂ 90 ਸੀਟਾਂ ਦੇ ਉੱਤੇ ਪੂਰੀ ਤਾਕਤ ਦੇ ਨਾਲ ਚੋਣਾਂ ਲੜੇਗੀ। ਆਮ ਆਦਮੀ ਪਾਰਟੀ ਨੇ ਆਪਣਾ ਨਾਰਾ ਵੀ ਦੇ ਦਿੱਤਾ ਹੈ ਅਤੇ ਜਿਹੜੇ ਮੁੱਦਿਆਂ ਦੇ ਉੱਤੇ ਚੋਣਾਂ ਲੜਨੀਆਂ ਨੇ ਉਹਨਾਂ ਮੁੱਦਿਆਂ ਦਾ ਜ਼ਿਕਰ ਵੀ ਕਰ ਦਿੱਤਾ ਹੈ। ਇਹਨਾਂ ਮੁੱਖ ਮੁੱਦਿਆਂ ਦਾ ਜ਼ਿਕਰ ਕਰਦਿਆਂ ਸੰਜੇ ਸਿੰਘ ਨੇ ਕੀ ਕਿਹਾ, ਤੁਸੀਂ ਵੀ ਸੁਣੋ। ਆਮ ਆਦਮੀ ਪਾਰਟੀ ਨੇ ਇਹ ਨਿਰਣੇ ਕਿਉਂ ਲਿਆ? ਸਭੀ ਪਾਰਟੀਓ ਕਾ ਸ਼ਾਸਨ ਆਪ ਲੋਗੋਂ ਨੇ ਦੇਖਾ ਔਰ ਪਿਛਲੇ 10 ਸਾਲ ਸੇ ਹਰਿਆਣਾ ਮੇਂ ਡਬਲ ਇੰਜਨ ਕੀ ਸਰਕਾਰ ਚੱਲ ਰਹੀ ਹੈ ਔਰ ਇਹ ਮੇਰੇ ਸ਼ਬਦ ਨਹੀਂ ਹੈ, ਪ੍ਰਧਾਨ ਮੰਤਰੀ ਜੀ ਕੇ ਸ਼ਬਦ ਹੈ। 10 ਸਾਲ ਮੇਂ ਇਸ ਡਬਲ ਇੰਜਨ ਕੀ ਸਰਕਾਰ ਨੇ ਹਰਿਆਣਾ ਕੋ ਕਿਆ ਦਿਆ ਹੈ, ਇਹ ਬਹੁਤ ਮਹੱਤਵਪੂਰਨ ਸਵਾਲ ਹੈ। ਆਜ ਫਿਰੌਤੀ ਕਾ ਉਦਯੋਗ ਬਣ ਗਿਆ ਹਰਿਆਣਾ ਕੇ ਅੰਦਰ। ਹਰਿਆਣਾ ਕੇ ਸੜਕੋਂ ਪੇ ਹਮਨੇ ਲਾਠੀਆਂ ਚਲਤੇ ਹੋਏ ਦੇਖੀ। ਹਰਿਆਣਾ ਕੇ ਕਿਸਾਨੋਂ ਕੋ ਕਿਸ ਤਰੀਕੇ ਸੇ ਆੰਦੋਲਨ ਮੇਂ ਕੁਚਲਾ ਗਿਆ, ਇਹ ਹਮਨੇ ਦੇਖਾ। ਪੰਜਾਬ ਹਰਿਆਣਾ ਕੇ ਕਿਸਾਨੋਂ ਕੀ ਮਾਂਗੋ ਕੋ ਕਿਸ ਤਰੀਕੇ ਸੇ ਰੌਂਦਾ ਗਿਆ, ਇਹ ਹਮਨੇ ਦੇਖਾ। ਹਰਿਆਣਾ ਮੇਂ ਬੇਰੁਜ਼ਗਾਰੀ ਇੱਕ ਬਹੁਤ ਬੜੀ ਸਮੱਸਿਆ ਹੈ। ਆਪ ਕਿਸੀ ਵੀ ਗਾਂਵ ਮੇਂ ਚਲੇ ਜਾਈਏ, ਦੋ ਚਾਰ ਸ਼ਹੀਦੋਂ ਕਾ ਪਰਿਵਾਰ ਮਿਲ ਜਾਏਗਾ, ਬੜਾ ਸਾ ਗੇਟ ਮਿਲ ਜਾਏਗਾ ਕਿਸੀ ਸ਼ਹੀਦ ਕੇ ਨਾਮ ਪੇ। ਔਰ ਆਪ ਅਗਨੀਵੀਰ ਜੈਸੀ ਯੋਜਨਾ ਲੈ ਕੇ ਆ ਰਹੇ। ਪੰਜਾਬ ਕੇ ਹਰਿਆਣਾ ਕੇ ਨੌਜਵਾਨ ਸੇਨਾ ਮੇਂ ਭਰਤੀ ਹੋ ਕੇ ਗਰਵ ਮਹਿਸੂਸ ਕਰਤੇ ਕਿ ਹਮ ਭਾਰਤ ਮਾਤਾ ਕੀ ਰਕਸ਼ਾ ਕੇ ਲਈ ਆਪਣੀ ਪ੍ਰਾਣੋ ਕੀ ਆਹੂਤੀ ਦੇਣੇ ਕੇ ਲਈ ਤਿਆਰ ਹੈ।
आपने भारत की सेना को ठेके पे कर दिया, भारत की सेना ठेके पे चलेगी, 4 साल की ठेके की नौकरी। मैं समझता हूं ये भारत की सेना का अपमान है, और हरियाणा के जो नौजवान गर्व के साथ सेना में भर्ती होते हैं उनका भी अपमान है, और जिन्होंने अपनी शहादत दी है उनका भी अपमान है। अग्निवीर योजना इस देश के साथ धोखा है, वो वापस होना चाहिए। ये हमारा इस चुनाव में भी मुद्दा होगा। किसानों के फसल के दाम का मुद्दा, उसकी जब भी मांग करने जाता है किसान उसको लाठियां मिलती है। बेरोजगारी का मुद्दा, आज हरियाणा को किस हालत में पहुंचा दिया गया है ये किसी से छिपा नहीं है। और जो हालत इस समय देश की कर रखी है बीजेपी ने, खट्टर साहब का इंजन बदल के सैनी साहब का इंजन लेके आए हैं, लेकिन जनता बहुत होशियार है, वो सब जानती है, वो इनको इस चुनाव में जवाब देगी। हरियाणा के अंदर सभी सीटों पर आम आदमी पार्टी मजबूती से चुनाव लड़ेगी। जिक्रयोग है कि वख वख मुद्दियां नु लेके आम आदमी पार्टी पूरी तरह तैयारी कर रही है, ते उधर इन्हां मुद्दियां नु लेके भाजपा दा की प्रतिक्रम होवेगा ए वी वेखणयोग हुंदा है। अज एसकेएम दे वल्लों पंजाब दे वख वख संसद मैंबरां नु मंग पत्र सौंपे गए ने, ते शेर सिंह कुबाया दे नाल पिंड कुबाया ते जलालाबाद दे विच वी किसानां ने मुलाकात कीती ते मंग पत्र सौंपे। शेर सिंह कुबाया ने कहा कि ओह संसद दे विच जा के जरूर किसानां दे मुद्दे चुकणगे। संयुक्त किसान मोर्चा दे वल्लों अज पंजाब दे वख वख संसद मैंबरां नु मंग पत्र सौंपे जा रहे ने, जिस दे चलदियां फिरोजपुर तों ਸਾਂਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਨਾਲ ਕਿਸਾਨਾਂ ਨੇ ਮੁਲਾਕਾਤ ਕੀਤੀ ਤੇ ਮੰਗ ਪੱਤਰ ਸੌਂਪਿਆ। ਸ਼ੇਰ ਸਿੰਘ ਘੁਬਾਇਆ ਨੇ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਉਹ ਸੰਸਦ ਦੇ ਵਿੱਚ ਕਿਸਾਨਾਂ ਦੇ ਹੱਕ ਦੀ ਆਵਾਜ਼ ਜ਼ਰੂਰ ਚੁੱਕਣਗੇ ਤੇ ਕੇਂਦਰ ਨੂੰ ਉਹ ਵਾਅਦੇ ਯਾਦ ਕਰਵਾਉਣਗੇ ਜੋ ਉਹਨਾਂ ਕਿਸਾਨਾਂ ਨਾਲ ਕੀਤੇ ਸਨ। ਇਹ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੰਨਾ ਲੰਬਾ ਸੰਘਰਸ਼ ਕਰਕੇ ਕੁਰਬਾਨੀਆਂ ਦੇ ਕੇ ਜਿਹੜਾ ਆਪਣਾ ਕਾਨੂੰਨ ਹੈ ਵਾਪਸ ਕਰਵਾਇਆ, ਅਤੇ ਜਿਹੜੇ ਮੋਦੀ ਦੀ ਸਰਕਾਰ ਜਿਹੜੀ ਮੋਦੀ ਦੇ ਕੌਣ ਕਿੱਲਾ ਸੀ ਉਹ ਤੁਸੀਂ ਬਾਹਰ ਕੱਢ ਕੇ ਉਹ ਸਾਰਾ ਕੁਝ ਹੋਇਆ। ਅੱਜ ਫਿਰ ਉਹ ਮੋਦੀ ਸਰਕਾਰ ਜਿਹੜੀ ਹੈ ਮੁੱਕਰ ਰਹੀ ਹੈ, ਉਹਨਾਂ ਨੂੰ ਆਪਾਂ ਫਿਰ ਸਾਰਿਆਂ ਨੇ ਇਕੱਠੇ ਹੋ ਕੇ ਸਾਡੀ ਪਾਰਟੀ ਸਭ ਤੋਂ ਪਹਿਲਾਂ ਤੁਹਾਡੇ ਨਾਲ ਅੱਗੇ ਖੜੇਗੀ। ਰਾਹੁਲ ਗਾਂਧੀ ਜੀ ਨੇ ਇਹ ਭਾਵੇਂ ਸੈਸ਼ਨ ਨਹੀਂ ਸੀ, ਹੁਣ ਤੱਕ ਸਮਾਗਮ ਸੀ, ਸਪੀਕਰ ਦੀ ਚੋਣ ਸੀ, ਉਹਦੇ ਵਿੱਚ ਵੀ ਕਿਸਾਨਾਂ ਦੇ ਹੱਕ ਵਿੱਚ ਜਿਹੜੀ ਆਵਾਜ਼ ਉਠਾਈ ਹੈ। ਅਸੀਂ ਇਸ ਸੈਸ਼ਨ ਦੇ ਵਿੱਚ ਸਾਰੇ ਜਿੰਨੇ ਮੈਂਬਰ ਪਾਰਲੀਮੈਂਟ ਪੰਜਾਬ ਤੋਂ ਜਿੱਤ ਕੇ ਗਏ ਹੈ, ਅਸੀਂ ਸਾਰੇ ਹੀ ਕਿਸਾਨਾਂ ਦੇ ਹੱਕ ਵਿੱਚ, ਕਿਸਾਨੀ ਦੇ ਹੱਕ ਵਿੱਚ ਜਿਹੜਾ ਉੱਥੇ ਆਵਾਜ਼ ਉਠਾਵਾਂਗੇ, ਤਾਂ ਕਿ ਉਹ ਸਰਕਾਰ ਦੇ ਕੋਲੋਂ ਅਸੀਂ ਜਿਹੜੇ ਉਹ ਸਾਡੇ ਨਾਲ ਵਾਅਦਾ ਕਰਕੇ ਮੁੱਕ ਰਹੇ ਹੈ ਉਹਨੂੰ ਅਸੀਂ ਪੂਰਾ ਕਰਾਉਣ 'ਚ ਕਾਮਯਾਬ ਹੋਈਏ। ਇਸ ਦੇ ਵਾਸਤੇ ਵੀਰੋ ਅਸੀਂ ਤੁਹਾਡੇ ਤੋਂ ਕਦੇ ਪਿੱਛਾ ਨਹੀਂ, ਤੁਸੀਂ ਕਿਤੇ ਕੋਈ ਧਰਨਾ ਲਾਉਣਾ, ਤੁਸੀਂ ਕਿਤੇ ਕੁਛ ਕਰਨਾ, ਸਾਨੂੰ ਜੋ ਕਹਿਣਾ ਅਸੀਂ ਤੁਹਾਡੇ ਕੋਲ ਚੱਲ ਕੇ ਆਵਾਂਗੇ, ਤਾਂ ਕਿ ਤੁਹਾਡੇ ਜਿਹੜੇ ਆਪਣੇ ਕਿਸਾਨੀ ਦੇ ਮਸਲੇ ਉਹ ਹੱਲ ਕੀਤੇ ਜਾਣ। ਮੈਂ ਬਾਰਡਰ ਦੀ ਮੰਗ ਪਿਛਲੇ 10 ਸਾਲ ਤੋਂ ਖੋਲ੍ਹਣ ਦੀ ਪਾਰਲੀਮੈਂਟ 'ਚ ਬਿਠਾ ਰਿਹਾ, ਹੁਣ ਵੀ ਮੈਂ ਜਦੋਂ ਵੀ ਕਿਤੇ ਵਕਤ ਹੁੰਦਾ ਟਾਈਮ ਟੂ ਟਾਈਮ ਮੈਂ ਹਮੇਸ਼ਾ ਹੀ ਇਹ ਬਾਤ ਜਿਹੜੀ ਹੈ, ਕਿਉਂਕਿ ਸਾਡਾ ਪੰਜਾਬ ਤਾਂ ਬਚ ਸਕਦਾ, ਫਿਰੋਜ਼ਪੁਰ ਹਲਕਾ ਤਾਂ ਬਚ ਸਕਦਾ, ਸਾਡੇ ਮਜ਼ਬੂਤ ਹੋ ਸਕਦੇ ਹਾਂ ਜੇ ਆ ਕਿਤੇ ਬਾਰਡਰ ਖੁੱਲ੍ਹ ਜਾਂਦਾ। ਵੇਖਣਾ ਹੋਵੇਗਾ ਕਿ ਸੰਸਦ ਦੇ ਵਿੱਚ ਸੰਸਦ ਮੈਂਬਰਾਂ ਦੇ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕੀ ਜਾਂਦੀ ਹੈ ਜਾਂ ਨਹੀਂ, ਤੇ ਉਸ ਉੱਤੇ ਕੇਂਦਰ ਦੀ ਕੀ ਪ੍ਰਤੀਕਿਰਿਆ ਆਵੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕੌਮੀ ਸੜਕ ਮਾਰਗਾਂ ਦੇ ਵਿੱਚ ਪਏ ਅੜਿੱਕਿਆਂ ਨੂੰ ਦੂਰ ਕਰਨ ਵਾਸਤੇ ਕਮਾਨ ਹੁਣ ਆਪਣੇ ਹੱਥਾਂ ਦੇ ਵਿੱਚ ਲੈ ਲਈ ਹੈ ਤੇ ਉਹਨਾਂ ਕਿਹਾ ਕਿ ਖੁਦ ਮੈਦਾਨ ਦੇ ਵਿੱਚ ਉਤਰਨਗੇ ਤੇ ਕਿਸਾਨਾਂ ਦੇ ਨਾਲ ਮੁਲਾਕਾਤ ਕਰਨਗੇ। ਦੂਜੇ ਪਾਸੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਬਹੁਤ ਪਹਿਲਾਂ ਅਜਿਹਾ ਸੋਚਣਾ ਚਾਹੀਦਾ ਸੀ ਤੇ ਬਹੁਤ ਪਹਿਲਾਂ ਮੁਆਵਜ਼ੇ ਦੇਣੇ ਚਾਹੀਦੇ ਸੀ, ਪਰ ਇਸ ਤੋਂ ਉਲਟ ਹੋਇਆ ਹੈ ਤੇ ਇਹਨਾਂ ਦੇ ਆਪਣੇ ਵਿਧਾਇਕਾਂ ਅਤੇ ਐਸਟੀਐਮਾਂ ਨੇ ਜ਼ਮੀਨਾਂ ਪਹਿਲਾਂ ਖਰੀਦ ਲਈਆਂ, ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਮੁਆਵਜ਼ੇ ਵੱਖ ਵੱਖ ਤਰੀਕੇ ਨਾਲ ਦਿੱਤੇ ਜਾ ਰਹੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਸਮੇਤ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈਟੀਓ ਦੇ ਨਾਲ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਦਾ ਮੁੱਖ ਮੁੱਦਾ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਤੇ ਵਿਚਾਰ ਚਰਚਾ ਕਰਨਾ ਸੀ, ਜਿਸ ਦੇ ਵਿੱਚ ਸੈਂਕੜੇ ਅੜਿੱਕੇ ਆ ਰਹੇ ਨੇ। ਮੁੱਖ ਮੰਤਰੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਵਾਉਣ ਲਈ ਉਹ ਖੁਦ ਮੈਦਾਨ ਦੇ ਵਿੱਚ ਉਤਰਨਗੇ ਤੇ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਹੋਈਆਂ ਨੇ ਉਹਨਾਂ ਨਾਲ ਸਿੱਧੀ ਗੱਲਬਾਤ ਕਰਨਗੇ। ਇਸ ਉੱਤੇ ਕਿਸਾਨ ਆਗੂ ਬਲਦੇਵ ਸਿਰਸਾ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੂੰ ਅੱਜ ਯਾਦ ਆਇਆ ਜੀ ਇਹ ਕਿੰਨੇ ਲੰਬੇ ਸਮੇਂ ਤੋਂ ਜਿਹੜਾ ਮਸਲਾ ਇਹ ਅੜਕਿਆ ਹੋਇਆ ਹੈ, ਔਰ ਜਿਹੜੀ ਇਹ ਭਾਰਤ ਮਾਲਾ ਪ੍ਰੋਜੈਕਟ ਜਿਹੜਾ ਇਹ ਬਣ ਰਿਹਾ ਹੈ ਜੀ, ਇਹਦਾ ਆਮ ਲੋਕਾਂ ਨੂੰ ਤੇ ਸਾਨੂੰ ਕੋਈ ਫਾਇਦਾ ਨਹੀਂ ਜੀ। ਪੰਜਾਬ ਦੀ ਇੱਕ ਉਹ ਉਪਜਾਊ ਜ਼ਮੀਨ ਆ, ਜਿਸ ਪੰਜਾਬ ਦੇ ਕਿਸਾਨਾਂ ਨੇ ਇਸ ਜ਼ਮੀਨ ਦੇ ਵਿੱਚੋਂ ਅਨਾਜ ਪੈਦਾ ਕਰਕੇ ਦੇਸ਼ ਨੂੰ ਆਪਣੇ ਪੈਰਾਂ ਸਿਰ ਖੜਾ ਕੀਤਾ ਜੀ, ਤੇ ਉਸ ਪੰਜਾਬ ਦੀ ਇਹ ਜਿਹੜੀ ਜ਼ਮੀਨ ਹੈ, ਉਪਜਾਊ ਜ਼ਮੀਨ, ਇਹ ਭਾਰਤ ਮਾਲਾ ਪ੍ਰੋਜੈਕਟ ਜਿਹੜਾ ਇੰਨੀਆਂ ਰੋਡਾਂ ਬਣੀਆਂ ਹੋਈਆਂ ਨੇ, ਇਸ ਰੋਡ ਦਾ ਫਾਇਦਾ ਕੀ ਜੀ, ਨੁਕਸਾਨ ਕਿੰਨੇ ਨੇ, ਨੁਕਸਾਨਾਂ ਦੀ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਜਿੰਨੇ ਨੁਕਸਾਨ ਨੇ ਜੀ। ਹੁਣ ਮੰਨ ਲਓ ਕਿ ਮੇਰੀ 4 ਏਕੜ ਜ਼ਮੀਨ ਹੈ ਜੀ, 2 ਏਕੜ ਮੇਰੀ ਜਿਹੜੀ ਜ਼ਮੀਨ ਆ ਉਹ ਆ ਗਈ ਆ ਸੜਕ ਦੇ ਵਿੱਚ, 1 ਏਕੜ ਮੇਰੀ ਜ਼ਮੀਨ ਇੱਕ ਪਾਸੇ ਆ ਤੇ 1 ਏਕੜ ਜ਼ਮੀਨ ਮੇਰੀ ਦੂਸਰੇ ਪਾਸੇ ਆ ਜੀ। ਹੁਣ ਮੈਂ ਟਿਊਬਵੈਲ ਕਿੱਥੋਂ ਲਾਵਾਂਗਾ, ਪਾਣੀ ਕਿੱਥੋਂ ਪਹੁੰਚਾਵਾਂਗਾ, ਦੋ ਪਾਸਿਆਂ 'ਚ ਪਾਣੀ ਕਿਵੇਂ ਪਹੁੰਚਾਵਾਂਗਾ, ਦੋ ਪਾਸੇ ਮੈਂ ਉਸ ਜ਼ਮੀਨ ਦੇ ਵਿੱਚ ਆਪਣੀ ਜਿਹੜੀ ਆ ਉਹ ਖੇਤੀ ਕਿਵੇਂ ਕਰ ਸਕਾਂਗਾ ਜੀ, ਕਿਉਂਕਿ ਇਸ ਸੜਕ ਦੇ ਉੱਤੋਂ ਦੀ ਇਹ ਤਿਆਰੀ ਨਾ ਕੋਈ ਬੰਦਾ ਕੋਈ ਉੱਤੋਂ ਦੀ ਟੱਪ ਜੂਗਾ, ਇੰਨੀਆਂ ਉੱਚੀਆਂ 13-13 ਫੁੱਟ 15-15 ਫੁੱਟ ਉੱਚੀਆਂ ਜਿਹੜੀਆਂ 13 ਫੁੱਟ ਉੱਚੀਆਂ ਸੜਕਾਂ ਬਣਾ ਦਿੱਤੀਆਂ ਨੇ, ਔਰ ਇਹ ਸੜਕਾਂ ਬਣਾਉਣ ਦੇ ਨਾਲ ਜਿੱਥੇ ਇਹ ਜਿਹੜੀਆਂ ਜ਼ਮੀਨਾਂ ਨੇ, ਹੁਣ ਉਹਨਾਂ ਨੇ ਜ਼ਮੀਨ ਦੀ ਜਿਹੜੀ ਕੀਮਤ ਆ ਉਹ ਵੀ ਪੂਰੀ ਨਹੀਂ ਦਿੱਤੀ ਤੇ 2 ਕਿੱਲਿਆਂ ਦੀ ਦਿੱਤੀ ਆ, ਤੇ ਜਿਹੜੇ 2 ਕਿੱਲੇ ਸਾਈਡਾਂ ਤੇ ਰਹਿ ਗਏ ਉਹ ਕਿਹੜੇ ਖਾਤੇ 'ਚ ਗਏ, ਇੱਥੇ ਤਾਂ ਖਾ ਗਏ ਇਹਨਾਂ ਦੇ ਅਫਸਰ ਹੀ। ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਜਿਹੜੀਆਂ ਵੇਖਿਆ ਨਾ ਵੀ ਆਹ ਜ਼ਮੀਨ ਹੁਣ ਮੇਰੀ ਜ਼ਮੀਨ ਜਿਹੜੀ ਆ ਉਹ ਸੜਕ 'ਚ ਆਉਣੀ ਆ, ਮੈਨੂੰ ਪਤਾ ਨਹੀਂ ਜੀ, ਤੇ ਮੇਰੀ ਜ਼ਮੀਨ ਜਿਹੜੀ ਆ ਉਹ MLA ਨੇ ਜਾਂ SDM ਨੇ ਇਹਨਾਂ ਨੇ ਰਲ ਕੇ ਤੇ ਕਿਸੇ ਆਪਣੇ ਚਹੇਤਿਆਂ ਦੇ ਨਾਲ ਉਹਦੀਆਂ ਰਜਿਸਟਰੀਆਂ ਕਰਾ ਲਈਆਂ ਜੀ। ਉਹ ਰਜਿਸਟਰੀਆਂ ਕਰਾਉਣ ਤੋਂ ਬਾਅਦ ਉਹਨਾਂ ਦੀ ਜਿਹੜੀ ਉਹ ਚ ਮੈਨੂੰ ਤੇ ਮਿਲੀ ਕੀਮਤ ਬਹੁਤ ਥੋੜੀ, ਤੇ ਉਹਦੀ ਜਿਹੜੀ ਜ਼ਿਆਦਾ ਕੀਮਤ ਸੀ ਉਹਦੀਆਂ ਵੱਧ ਕੀਮਤਾਂ ਬਣਾ ਕੇ ਤੇ ਇਹ ਆਪ ਲੈ। ਮੁੱਖ ਮੰਤਰੀ ਨੂੰ ਇਹ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਨਿਸ਼ਾਨਦੇਹੀ, ਕਿਹੜੇ ਕਿਸਾਨ ਦੀ ਕਿੰਨੀ ਜ਼ਮੀਨ ਆ ਰਹੀ ਆ ਔਰ ਉਹਦੀ ਜ਼ਮੀਨ ਦੋ ਸਾਈਡਾਂ ਤੇ ਕਿੰਨੀ ਬਚਦੀ ਆ, ਬਾਕੀ ਜੇ ਕਿਸੇ ਦੀ ਕਨਾਲ ਰਹਿ ਗਈ, 2 ਕਨਾਲ ਰਹਿ ਗਈ, ਉਹ ਜ਼ਮੀਨ ਤਾਂ ਖਤਮ ਹੋ ਗਈ ਉਹਦੀ। ਬਿਲਕੁਲ, ਸੋ ਇਸ ਕਰਕੇ ਇਹ ਬਹੁਤ ਵੱਡਾ ਗੰਭੀਰ ਮਸਲਾ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਦੇ ਵਿੱਚ ਚੱਲਣ ਵਾਲੇ ਕੌਮੀ ਸੜਕ ਪ੍ਰੋਜੈਕਟਾਂ ਨੂੰ ਫਿਲਹਾਲ ਰੋਕ ਦਿੱਤਾ ਹੈ ਤੇ ਪੰਜਾਬ ਸਰਕਾਰ ਨੇ ਕੇਂਦਰ ਦੇ ਕੋਲੋਂ 2 ਮਹੀਨਿਆਂ ਦੀ ਮੋਹਲਤ ਮੰਗੀ ਹੈ।
ਸ੍ਰੀ ਕੇਸਗੜ੍ਹ ਸਾਹਿਬ ਤੋਂ ਇੱਕ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਸੀ। ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਕੁਝ ਲੋਕ ਲੰਗਰ ਹਾਲ ਦੇ ਵਿੱਚ ਦਾਖਲ ਹੋਏ ਤੇ ਉੱਥੇ ਲੰਗਰ ਵਰਤਾ ਰਹੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਮੁਲਾਜ਼ਮ ਜ਼ਖਮੀ ਹੋਏ ਤੇ ਹੁਣ SGPC ਨੇ ਉਸ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਹੈ। SGPC ਦਾ ਕਹਿਣਾ ਹੈ ਕਿ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਜੋ ਨੌਜਵਾਨ ਆਏ ਸੀ, ਦਰਅਸਲ ਉਹ ਨਿਹੰਗ ਸਿੰਘ ਨਹੀਂ ਸੀ, ਪਰ ਉਹਨਾਂ ਨੇ ਬਾਣਾ ਜ਼ਰੂਰ ਨਿਹੰਗ ਸਿੰਘਾਂ ਦਾ ਪਹਿਨਿਆ ਹੋਇਆ ਸੀ। SGPC ਨੇ ਇਸ ਘਟਨਾ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਹਾਲ ਵਿੱਚ ਬੀਤੇ ਦਿਨੀ ਨਿਹੰਗ ਬਾਣਿਆਂ ਵਿੱਚ ਆਏ ਵਿਅਕਤੀਆਂ ਵੱਲੋਂ ਲੰਗਰ ਵਰਤਾ ਰਹੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ 3 ਮੁਲਾਜ਼ਮ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਇਲਾਜ ਵਾਸਤੇ ਸਥਾਨਕ ਹਸਪਤਾਲ ਲਿਜਾਂਦਾ ਗਿਆ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਕੁਝ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਕੁਝ ਦੋਸ਼ੀ ਹਜੇ ਵੀ ਫਰਾਰ ਦੱਸੇ ਜਾ ਰਹੇ ਨੇ। ਇਸ ਮਾਮਲੇ ਦੇ ਉੱਤੇ ਹੀ ਬੋਲਦਿਆਂ ਹੋਇਆਂ SGPC ਦੇ ਉਪ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ ਦਾ ਕੀ ਕਹਿਣਾ ਸੀ, ਤੁਸੀਂ ਵੀ ਸੁਣੋ। ਹਾਂਜੀ, ਦੇਖੋ ਮੈਂ ਜੋ ਮੇਰੇ ਕੋਲ ਜਾਣਕਾਰੀ ਉਹਦੇ ਮੁਤਾਬਕ ਇਹ ਪਰਸੋਂ ਨਿਹੰਗ ਬਾਣੇ 'ਚ ਕੋਈ 5-6 ਜਿਹੜੇ ਸਰੀਰ ਆ ਉੱਥੇ ਕੇਸਗੜ੍ਹ ਸਾਹਿਬ ਲੰਗਰ ਹਾਲ ਦੇ ਵਿੱਚ ਆਏ। ਪਹਿਲਾਂ ਉਹਨਾਂ ਨੇ ਸੰਗਤ ਨਾਲ ਝਗੜਾ ਕਰਨ ਦੀ ਕੋਸ਼ਿਸ਼ ਕੀਤੀ, ਉਸ ਤੋਂ ਬਾਅਦ ਸਾਡੇ ਮੁਲਾਜ਼ਮਾਂ ਨਾਲ ਵੀ ਉਲਝ ਗਏ। ਔਰ ਮਤਲਬ ਉਹ ਲੰਗਰ ਹਾਲ ਦੇ ਵਿੱਚ ਉਹਨਾਂ ਨੇ ਸ੍ਰੀ ਸਾਹਿਬਾਂ ਕੱਢ ਕੇ ਤੇ ਸਾਡੇ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ, ਜਿਹਦੇ ਨਾਲ ਸਾਡੇ 3 ਮੁਲਾਜ਼ਮ ਜਿਹੜੇ ਆ ਉਹ ਫੱਟੜ ਹੋਏ, ਉਹਨਾਂ ਨੂੰ ਦਾਖਲ ਕਰਾਇਆ ਗਿਆ। ਬਾਅਦ ਚ ਸੰਗਤ ਨੇ ਉਹਨਾਂ ਨੂੰ ਕਾਬੂ ਕੀਤਾ, ਉਸ ਤੋਂ ਬਾਅਦ ਸਾਡੇ ਪ੍ਰਬੰਧ ਨੇ ਜਿਹੜਾ ਹੈਗਾ ਪੁਲਿਸ ਨੂੰ ਸੱਦ ਕੀਤਾ, ਪੁਲਿਸ ਦੇ ਹਵਾਲੇ ਕਰ ਦਿੱਤੇ। ਵੱਡੀ ਗੱਲ ਇਹ ਆ ਵੀ ਉਹ ਨਿਹੰਗ ਸਿੰਘਾਂ ਦੇ ਵਿੱਚੋਂ ਸਿਰਫ ਜਿਹੜੇ 2 ਜਾਣੇ ਤਾਂ ਭੱਜ ਗਏ ਤੇ ਇੱਕ ਜਿਹੜਾ ਫੜਿਆ ਵੀ ਗਿਆ ਉਹਦੇ ਦੇਖੋ ਨਾ ਤਾਂ ਸਿਰ ਤੇ ਕੇਸ ਸੀਗੇ, ਆ ਵੀ ਉਹਨੇ ਬਾਣਾ ਜ਼ਰੂਰ ਨਿਹੰਗਾਲਾ ਪਾਇਆ ਸੀਗਾ ਤੇ ਲੇਕਿਨ ਜਦੋਂ ਥੱਲੇ ਸੀਗਾ ਤਾਂ ਉਹਦੇ ਬਿਲਕੁਲ ਕੇਸਾਂ ਤੋਂ ਬਿਨਾਂ ਸੀਗਾ ਤੇ ਮਤਲਬ ਕਹਿਣ ਦਾ ਮਤਲਬ ਉਹਨੇ ਕੋਈ ਅੰਮ੍ਰਿਤ ਨੀ ਛਕਿਆ ਸੀਗਾ, ਬਾਣਾ ਜ਼ਰੂਰ ਜਿਹੜਾ ਉਹ ਨਿਹੰਗਾ ਸਿੰਘਾਲਾ ਜਿਹੜਾ ਉਹਨਾਂ ਨੇ ਪਾਇਆ ਹੋਇਆ ਸੀਗਾ। ਮੈਂ ਸਮਝਦਾ ਕਿ ਬੜੀ ਮੰਦਭਾਗੀ ਗੱਲ ਆ, ਜਿਹੜਾ ਬਾਣਾ ਗੁਰੂ ਸਾਹਿਬ ਨੇ ਬਾਣੇ ਦਾ ਬਹੁਤ ਵੱਡਾ ਸਤਿਕਾਰ ਆ, ਗੁਰੂ ਸਾਹਿਬ ਨੇ ਸਾਨੂੰ ਬਾਣੀ ਤੇ ਬਾਣਾ ਦਿੱਤੇ ਆ। ਅੱਜ ਜਦੋਂ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹ ਸ਼ੌਕੀਆ ਤੌਰ ਤੇ ਬਾਣਾ ਤਾਂ ਪਾਉਂਦੇ ਆ, ਪਰ ਬਾਣੇ ਦਾ ਮਤਲਬ ਕੀ ਆ, ਬਾਣੇ ਦੀ ਜਿਹੜੀ ਪਰਿਭਾਸ਼ਾ ਕੀ ਆ ਉਹ ਉਹਨਾਂ ਨੂੰ ਸ਼ਾਇਦ ਸਮਝ ਨੀ ਪੈਂਦੀ ਕਿ ਬਾਣਾ ਜਿਹੜਾ ਹੈਗਾ ਉਹ ਕਿੰਨਾ ਸੱਚਾ ਤੇ ਸੁੱਚਾ ਜਿਹੜਾ ਸਿੱਖ ਦਾ ਜਿਹੜਾ ਕਿਰਦਾਰ ਆ ਉਹਦਾ ਬਾਹਰੀ ਰੂਪ ਆ। ਔਰ ਹਰ ਬੰਦਾ ਜਿਹੜਾ ਉਹ ਦੇਖ ਕੇ ਬਾਣਾ ਦੇਖ ਕੇ ਉਹਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਆ ਕਿ ਇੱਥੇ ਜਿੱਥੇ ਮੈਂ ਖੜਾ ਇਹਦੇ ਮੇਰੇ ਲਾਗੇ ਇੱਕ ਬਾਣੇ ਵਾਲਾ ਸਿੰਘ ਖੜਾ ਤੇ ਮੈਂ ਇੱਥੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ। ਔਰ ਅੱਜ ਜੇ ਨੌਜਵਾਨ ਜੇ ਬਾਣਾ ਬਣਦੇ ਉਹਨਾਂ ਨੂੰ ਬਾਣੀ ਨਾਲ ਵੀ ਜੁੜਨਾ ਜ਼ਰੂਰੀ ਆ, ਜੇ ਬਾਣੀ ਨਹੀਂ ਪੜੂਗੇ ਤਾਂ ਫਿਰ ਇਸ ਤਰ੍ਹਾਂ ਐਵੇਂ। ਗੁਰੂ ਸਾਹਿਬ ਨੇ ਕਿਹਾ ਕਿ ਜਿਹੜੀ ਬਾਣੀ ਉਹ ਸਾਡੀ ਆਤਮਾ ਹੈ, ਜਿਹੜਾ ਬਾਣਾ ਉਹ ਸਿੱਖ ਦਾ ਸਰੀਰ ਆ, ਜਿਹੜਾ ਇਕੱਲਾ ਸਰੀਰ ਹੀ ਹੈ, ਜੇ ਵਿੱਚ ਆਤਮਾ ਨਹੀਂ ਫਿਰ ਤਾਂ ਸਮਝ ਲਓ ਸਰੀਰ ਮੁਰਦਾ ਹੀ ਆ, ਉਹਦੇ ਅੰਦਰ ਕੋਈ ਗੁਰੂ ਦੀ ਭੈ ਭਾਵਨੀ ਨਹੀਂ ਹੈਗੀ, ਉਹਦੇ ਵਿੱਚ ਗੁਰੂ ਦਾ ਕੋਈ ਸਿਧਾਂਤ ਨਹੀਂ ਹੈਗਾ। ਘਟਨਾ ਬੜੀ ਮੰਦਭਾਗੀ ਆ ਜੋ ਵਾਪਰੀ ਆ ਤੇ ਉਸ ਤੋਂ ਬਾਅਦ ਪੁਲਿਸ ਨੇ ਜਿਹੜੀ ਅਗਲੀ ਕਾਰਵਾਈ ਕਰਦੇ ਆ ਉਹਨਾਂ ਤੇ ਪਰਚਾ ਦਰਜ ਕਰ ਲਿਆ। ਜ਼ਿਕਰਯੋਗ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੇ ਕੋਲੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ ਤੇ ਕੀ ਤੱਥ ਸਾਹਮਣੇ ਆਉਣਗੇ ਇਹ ਵੀ ਵੇਖਣਯੋਗ ਹੋਵੇਗਾ। ਅੱਜ ਦੇ ਪੰਜਾਬ ਨਿਊਜ਼ ਬੁਲੇਟਿਨ ਵਿੱਚ ਬਸ ਇੰਨਾ ਹੀ, ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਧੰਨਵਾਦ।